ਭਾਅ ਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ? ਘਟਨਾ ਵਾਪਰੀ ਆ ਕਿ ਰਾਤੀ ਅਸੀਂ ਨੋਮੀਨੇਸ਼ਨ ਫਾਰਮ ਭਰਨ ਗਏ ਹਾਂ। ਹਾਂਜੀ, ਉੱਥੇ ਸਾਡੀ ਕਿਉਂਕਿ ਮੈਂ ਰਸੀਦਾਂ ਧੋਈ ਆ, ਕਿੰਨਾ ਨਾ ਹੋਈ ਆਪਦੀ ਬਾਲਟੀ ਨਾ ਹੋਈ ਆ, ਆਪਦੇ ਵਰਕਰਾਂ ਨਾਲ। ਹਾਂਜੀ, ਅਸੀਂ ਰਸੀਦਾਂ ਮੰਗਦੇ, ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ ਉੱਧਰ ਪੱਗਾਂ ਲੱਥੀਆਂ ਨੇ, ਮੁੜ ਕੇ ਪਿੰਡ ਆਣ ਕੇ ਅਸੀਂ ਆਪਦੀ ਜਾਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਹਾਂ। ਇੱਥੇ ਆਣ ਕੇ ਅਤੇ ਉਹਨਾਂ ਨੇ ਸਾਡੇ 'ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ, ਕੀ ਨਾਂ? ਸੁਖਬੀਰ ਸਿੰਘ, ਆਲਮ ਸਿੰਘ, ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ? ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ। ਹਾਂਜੀ, ਅਤੇ ਜਿਹਦੇ ਸਾਡੇ ਦੋ ਬੰਦਿਆਂ ਨੂੰ, ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ 'ਤੇ, ਉਹਨਾਂ ਸੱਟ ਲਾਈ ਬਾਲਾ ਮਾਰ ਕੇ। ਕੀ ਨਾਂ, ਕੀ ਉਹਦਾ? ਉਹਦਾ ਨਾਂ ਹੈਗਾ ਕੁਲਦੀਪ ਕੌਰ। ਅੱਛਾ ਜੀ, ਮੌਕੇ 'ਤੇ ਮੌਤ ਹੋ ਗਈ? ਮੌਕੇ 'ਤੇ ਮੌਤ ਹੋ ਗਈ ਆ। ਹਾਂਜੀ, ਇੱਕ ਸਾਡੇ ਪ੍ਰੇਮ ਸਿੰਘ, ਹਾਂਜੀ, ਧਰਮੱਸਾ ਸਿੰਘ, ਉਹਨਾਂ ਦੇ ਸਿਰਲੇ ਵੱਜੇ ਆ, ਗੋਲੀ ਵੱਜੀ ਆ। ਅਤੇ ਜਿਹੜਾ ਸ਼ਮਸ਼ੇਰ ਸਿੰਘ, ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਉਹਨਾਂ ਦੇ ਦਾਤਰ, ਅਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਏ ਆ। ਉਹਨੂੰ ਵੀ ਸੱਟਾਂ ਬਹੁਤ, ਸਰਲੇ ਵੀ ਜਿਹੜਾ ਸ਼ਮਸ਼ੇਰ ਸਿੰਘ ਨੂੰ ਵੱਜੇ ਆ। ਅਤੇ ਕਿੱਥੇ ਆ ਹੁਣ? ਉਹ ਹੋਸਪਿਟਲ ਹੈ, ਗੁਰੂ ਨਾਨਕ ਦੇਵ ਜੀ ਹੋਸਪਿਟਲ ਰਾਤ ਦੇ। ਅੱਛਾ ਜੀ, ਅਤੇ ਦਾਖਲ ਆ। ਅੱਛਾ ਜੀ, ਅਤੇ ਪੁਲਿਸ ਪਹੁੰਚੀ ਮੌਕੇ 'ਤੇ? ਪੁਲਿਸ ਪਹੁੰਚੀ ਮੌਕੇ 'ਤੇ। ਹਾਂਜੀ, ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ, ਉਹ ਆਪਣੇ ਤਰੀਕਿਆਂ ਜੋ ਕਾਨੂੰਨੀ ਕਾਰਵਾਈ ਉਹ ਰਾਤ ਦੀ ਕਰਨ ਰਹੇ ਆ। ਅੱਛਾ ਜੀ, ਅਤੇ ਹੁਣ ਕੀ ਮੰਗ ਕਰਦੇ? ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਦੇ ਖਿਲਾਫ਼ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ, ਉਹਨਾਂ ਨੂੰ ਅਰੈਸਟ ਕਰਨੀ ਚਾਹੀਦੀ ਉਹਨਾਂ ਦੀ। ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕੋਈ ਬੰਦਾ ਜੀ? ਬੰਦੇ ਦੋ ਉਹਨਾਂ ਅਰੈਸਟ ਕੀਤੇ ਆ। ਅੱਛਾ ਜੀ, ਹੀਰਾ ਸਿੰਘ ਪੁੱਤਰ ਬੰਤਾ ਸਿੰਘ, ਗੁਰਚਰਨ ਸਿੰਘ ਪੁੱਤਰ ਵੀਰ ਸਿੰਘ, ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਕੀਤੇ ਆ। ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ 'ਤੇ, ਗੋਲੀਆਂ ਚਲਾ ਕੇ ਇੱਕ ਔਰਤ ਮਾਰਤੀ ਅਤੇ ਜ਼ਖਮੀ ਕਰਤੇ, ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਦੂਜੀ ਧਿਰ ਵਾਲੇ? ਹਾਂਜੀ, ਇਹਨਾਂ ਫਿਰ ਸਾਨੂੰ ਫੋਨ ਕੀਤਾ। ਅੱਛਾ, ਅਸੀਂ ਵੀ ਗਏ ਹਾਂ, ਅਤੇ ਇਹ ਜ਼ਿਆਦਾ ਬੰਦੇ ਸੀ, ਮਤਲਬ ਅਸੀਂ ਥੋੜ੍ਹੇ ਹਾਂ, ਅਤੇ ਮੁੜ ਕੇ ਉੱਥੇ ਆਹ ਪੁਲਿਸ ਨੂੰ ਕਹਿ ਗਏ ਕਿ ਆਪਣੇ ਘਰ ਦਾਖਲ ਕਰਾਏ ਆ। ਅੱਛਾ ਜੀ, ਅਸੀਂ ਉਹ ਫਿਰ ਲੇਟ, ਕਿਉਂ ਇਹ ਕਾਗਜ਼ ਨਹੀਂ ਕਰ ਦਿੰਦੇ ਸਾਡੇ, ਹਾਂਜੀ, ਅਸੀਂ ਦੇ ਦਿਓ ਲੇਟ ਹੋਏ ਹਾਂ, ਇਹ ਆਉਂਦੇ ਨੂੰ ਤਿਆਰ ਸੀ। ਅੱਛਾ ਜੀ, ਸਾਡਾ ਮੁੰਡਾ ਬਾਹਰੋਂ ਦੁੱਧ ਦੇਣ ਆਇਆ, ਅਤੇ ਉਹਨੇ ਉਹਨੂੰ ਉੱਥੇ ਘੇਰ ਲਿਆ, ਅਤੇ ਅੱਗੋਂ ਮਤਲਬ ਇਹ ਪੈ ਗਏ ਨੇ, ਇਹਨਾਂ ਗੋਲੀਆਂ ਚਲਾਈਆਂ, ਅਤੇ ਉਹ ਢਾਹ ਢੂਹ ਕੇ ਚਲੇ ਗਏ ਆ। ਕਿੰਨੇ ਜ਼ਖਮੀ ਹੋਏ ਤਾਂ? ਹੈਂ, ਕਿੰਨੇ ਬੰਦੇ ਜ਼ਖਮੀ ਹੋਏ? ਦੋ ਤਿੰਨ। ਮੁਕਦਮਾ ਨੰਬਰ 193 ਜਿਹੜਾ ਵਾ ਦਰਜ ਕੀਤਾ ਗਿਆ ਵਾ, ਤਫਤੀਸ਼ ਕੀਤੀ ਗਈ ਆ। ਹੁਣ ਤੱਕ ਜਿਹੜੇ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਏ ਆ, ਅਤੇ ਬੀਬੀ ਕੁਲਦੀਪ ਕੌਰ ਦਾ ਜਿਹੜਾ ਮ੍ਰਿਤਕ ਹੈ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਜਿਹੜੀ ਉਹਨਾਂ ਦੀ ਵਾਰਸਾਂ ਦੇ ਹਵਾਲੇ ਕਰਤੀ ਆ। ਜੋ ਪਰਿਵਾਰ ਨਾਲ ਸਾਡਾ ਰਾਬਤਾ ਕਾਇਮ ਆ ਬਿਲਕੁਲ, ਉਹਨਾਂ ਨੇ ਇੰਨਾ ਦੱਸਿਆ ਵੀ ਉਹਨਾਂ ਦੇ ਕੁਛ ਰਿਸ਼ਤੇਦਾਰ ਆਉਣ ਵਾਲੇ, ਜਦੋਂ ਆਏ ਉਸ ਤੋਂ ਬਾਅਦ ਸੰਸਕਾਰ ਕਰ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ। ਇਹ ਤੇ ਗੱਲ ਨੀ ਹੈਗੀ ਕੋਈ ਵੈਪਨਾਂ ਦੇ, ਹੋ ਰਹੇਗੀ ਹਥਿਆਰ ਬਿਲਕੁਲ ਜਮ੍ਹਾਂ ਕੀਤੇ ਜਾਣਗੇ, ਇਲੈਕਸ਼ਨ ਸ਼ਾਂਤੀ ਪੂਰਵਕ ਕਰਾਈ ਜਾਏਗੀ। ਇੱਕ ਆ ਜਿਵੇਂ ਕਹਿ ਰਹੇ ਕਿ ਸੰਸਕਾਰ ਜਿਹੜਾ ਵਾ ਜਿਨ ਚਿਰ ਗ੍ਰਿਫਤਾਰੀ ਨਾ ਕੀਤੀ ਗਈ, ਮੇਨ ਦੋਸ਼ੀਆਂ ਨੂੰ ਕੀਤਾ ਨਹੀਂ ਜਾਵੇਗਾ, ਰੋਸ ਮੁਜ਼ਾਹਰਾ ਕੀਤਾ ਨਾ ਅੱਜ, ਇਹਦੇ ਬਾਰੇ ਕੀ ਕਹਿਣਾ ਚਾਹੀਦਾ? ਚਾਰ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ, ਕੋਹਲੇ ਦੇ ਵਿੱਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ। ਹਾਂਜੀ, ਠੀਕ ਹੈ ਜੀ, ਅਤੇ 27 ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹਾਂ ਤਾਂ ਸਮਾਂ ਥੋੜ੍ਹਾ ਲੱਗ ਸਕਦਾ ਵਾ। ਠੀਕ ਹੈ, ਕੋਈ ਕਿਤੇ ਵੀ ਜਦੋਂ ਕਿਸੇ ਨੂੰ ਪਰਚਾ ਦਰਜ ਹੁੰਦਾ ਵਾ, ਹਰ ਬੰਦਾ ਨੱਚਦਾ ਦੂਰ ਤੱਕ ਜਾਂਦਾ, ਅਸੀਂ ਉਹਨਾਂ ਨੂੰ ਆਪਣੇ ਸਾਈਬਰ ਦੀ ਮਦਦ ਲੈ ਰਹੇ ਹਾਂ, ਹੋਰ ਵੀ ਟੀਮਾਂ ਦੀ ਮਦਦ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਾਂਗੇ।